हाँ जी दोस्तों, किवें हो सारे? उम्मीद करते हैं ठीक ठाक होवोगे। तो अज का ब्लॉग आप कर लगे हाँ, सवेर के 3:30 का टाइम हो गया स्टार्ट। तो अज का ब्लॉग थोड़ा पहले वाले ब्लॉगों नालों डिफरेंट आना है। अज आप चले दरबार साहब मत्था टेकन, तो नाल किहड़े किहड़े बंदे अपने जाते हैं तुहानू गड्डी च बह के उन्हां नाल भी मुलाकात कराने हैं, नाले कराने तुहानू रस्ते की सैर, नाले कराने दरबार साहब के दर्शन। तो इस तो अगला नैक्सट ब्लॉग अपना किसी मशीनरी ही आएगा, ट्रैक्टर या किसी मशीन पर। तो चैनल के नाल एवें बने रहो, अपना प्यार बनाई रखियो, चैनल में सबसक्राइब कर लो, वीडियो अगे कर दो शेयर। तो आओ फिर नाले तुहानू राह दी सैर कराने, नाले कराने मुलाकात अपने भरावां दे नाल किहड़े किहड़े चलदे ने। निकलने हुण आपां टाइम नाल, क्योंकि 5-6 घंटे का अपने कोल सफर भी हैगा, तो जाण च रस्ते च टाइम लग जाणा, तो अगे भी संगत फिर काफ़ी हो जाती है दर्शन करने के उत्थे जाके भी दरबार साहब के। ठीक है जी, मिलते हैं फिर आप अगे वीडियो के बने रहो। हाँ जी मित्रों, तो निकल गए हाँ हुण आपां दरबार साहब नूं, तो कराने तुहानू फिर राह दी सैर, तो नाले दरबार साहब के दर्शन पहुँच के बंदा जे एक होर आप जे नाल लेने हैं ले लेने, एक हजे लैना है, तो फिर कट्ठे हो के तुहानू दिखाने कि बंदा अपने नाल है। ठीक है जी, बने रहो फिर वीडियो नाल। लै भी मित्रों वेली पहुँच गए हूँ, माड़ा मोटा पेट पूजा कर लिए, खा पी लिए, कुछ नाले खवा दिए कुछ बारिश नूं, ते फिर अगे का सफर शुरू करांगे। नाले कराने मुलाकात हूँ नाल दे बंदियां नाल, किहड़े किहड़े नाल आए ने ते किहड़े किहड़े नहीं आए, उन्हां दा भी सामने पै जांदा। किकली पै जांदी, किकली है वारिस। चिप्स लए ने, होर नहीं कुछ लेना है? ਲੈ ਬਿਮਾਰੀ ਤੇ ਹੋ ਗਿਆ, ਕੁਝ ਚਿਪਸ ਲੈ ਗਏ, ਹੁਣ ਸਾਰਾ ਦਿਨ ਵਧੀਆ ਨਿਕਲ ਜਾਏਗਾ। ਵੇਲ ਦੇਖਣਾ ਜੀ, ਇੰਨਾ ਜਿਹੜਾ ਖਲੋ ਖਲੋ ਕੇ ਤੁਹਾਈ ਕੰਨ ਨਿਕਲ ਜਾ ਪੈਕਟ ਵਗਾ ਤੇ ਦੇ, ਹੁਣ ਤੋਂ ਦੇਖੋ ਕੰਨ ਨਿਕਲ ਜਾ ਪੈਕਟ ਬਿਸਕਟ ਉਹਦਾ ਲੈ ਆਇਆ ਬਸ। ਇੱਕ ਬੰਦਾ ਆਪਣੇ ਨਾਲ, ਸਾਰਿਆਂ ਤੋਂ ਵੱਡਾ ਭਰਾ, ਫਿਰ ਉਦੋਂ ਬਾਅਦ ਵਾਲਾ ਭਰਾ, ਫਿਰ ਉਦੋਂ ਬਾਅਦ ਵਾਲਾ ਭਰਾ, ਤੇ ਫਿਰ ਇੱਕ ਹੈਲੋ ਵੀਰ ਜੀ ਇੱਧਰ ਵੇਖੋ ਕੀ ਖਾਂਦੇ ਹੋ, ਚਿਪਸ। ਅਤੇ ਵਾਰਿਸ ਨੂੰ ਵੀ ਲਿਆਇਆ ਨਾਲ, ਅੱਜ ਮੱਥਾ ਟਿਕਾ ਕੇ ਲਿਆਉਣਾ ਇਹਨੂੰ ਦਰਬਾਰ ਸਾਹਿਬ, ਅਤੇ ਆਪ ਆਉਣਾ ਸੀ ਫਿਰ ਬਹਾਨੇ ਨਾਲ, ਇਹ ਵੀ ਆ ਗਿਆ ਨਾਲ, ਕਾਫੀ ਟਾਈਮ ਦਾ ਆਉਂਦਾ ਸੀ ਇਹ ਵੀ, ਮੈਂ ਵੀ ਜਾਣਾ ਟੀ ਵੀ ਜਦੋਂ ਗੁਰਬਾਣੀ ਲੱਗੀ ਹੁੰਦੀ ਹੈ ਵੇਖ ਕੇ, ਫਿਰ ਰੋਜ਼ ਇੱਕ ਵਾਰੀ ਆਉਂਦਾ ਸੀ ਵੀ ਮੈਂ ਵੀ ਜਾਣਾ ਗੋਲਡਨ ਟੈਂਪਲ ਮੱਥਾ ਟੇਕ ਕੇ ਆਉਣਾ, ਫਿਰ ਅੱਜ ਇਹਨੂੰ ਵੀ ਨਾਲ ਲੈ ਆਉਂਦਾ। ਇੰਨੇ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਵਾਰਿਸ ਦਾ ਸਾਰੇ ਦਿਨ ਦਾ, ਕੀ ਕਰਦਾ ਹੈ, ਜਿੱਦ ਕਰਦਾ ਜਾਂ ਠੀਕ ਰਹਿੰਦਾ। ਕੀ ਲੈਣਾ ਹੁਣ, ਕੀ ਮੰਗਾਇਆ ਪਾਪਾ ਤੋਰ? ਹੈਂ ਚਿਪਸ ਤਾਂ ਖਾਂਦੇ ਹਾਂ, ਹੋਰ ਚਿਪਸ ਤੋਂ ਬਿਨਾਂ ਕੀ ਮੰਗਵਾਇਆ? ਚਿਪਸ ਤੋਂ ਬਿਨਾਂ ਕੀ ਮੰਗਵਾਇਆ? ਪਾਪਾ ਤਾਂ ਤੇਰੇ ਕੋਲ ਹੀ, ਪਾਪਾ ਤੁਹਾਡੀ ਕਿਤੇ ਤੁਰ ਗਿਆ। ਪੀਣ ਵਾਸਤੇ ਕੀ ਮੰਗਾਇਆ ਜੀ ਦੱਸ? ਪੀਣ ਵਾਸਤੇ ਕੀ ਮੰਗਾਇਆ ਜੀ? ਜੂਸ ਮੰਗਾਇਆ, ਜੂਸ ਪੀਣਾ ਹੁਣ? ਜੇ ਤੂੰ ਨਾ ਪੀਤਾ ਫਿਰ ਪੀ ਲੇਗਾ ਸਾਰਾ? ਠੀਕ ਹੈ। ਹਾਂ ਇਹ ਬਹੁਤ ਬੜਾ ਗੇਟ ਹੈ ਨਾ ਵਾਰਿਸ। ਲੈ ਵੀ ਬਾਬੇ ਦੀ ਮਿਹਰ ਨਾਲ ਪਹੁੰਚ ਗਏ ਹਾਂ, ਬਸ ਹੁਣ ਪਾਰਕਿੰਗ 'ਚ ਲੈਂਦੇ ਹਾਂ ਗੱਡੀ, ਅਤੇ ਫਿਰ ਚੱਲਦੇ ਹਾਂ ਮੱਥਾ ਟੇਕਣ। ਕੀ ਹੈ ਵਾਰਿਸ ਹੁਣ ਦੱਸ, ਤੇ ਅਸੀਂ ਬੋਲ ਕੇ ਕਿੱਥੇ ਆਏ ਹਾਂ, ਕਿੱਥੇ ਆਏ ਆਪਾਂ? ਅੱਛਾ, ਅਤੇ ਕਿਹਨੂੰ ਲੈ ਕੇ ਆਉਣਾ ਸੀ ਨਾਲ, ਅਤੇ ਲਿਆਇਆ ਕਿਉਂ ਨਹੀਂ ਫਿਰ ਤੂੰ ਨਾਲ? ਬੋਲਦਾ ਨੀ ਚਾਚੂ, ਕੀ ਬੋਲਦਾ ਬਈ? ਹਿੰਮਤ ਵੀਰ ਨੂੰ ਕੱਤ ਲੈ ਕੇ ਆਇਆ, ਦੱਸੀ ਅੱਜ ਮੇਰੀ ਵਾਰੀ। ਅੱਛਾ ਅੱਜ ਤੇਰੀ ਵਾਰੀ ਸੀ, ਅਗਲੀ ਵਾਰੀ ਫਿਰ ਉਹਨੂੰ ਲੈ ਕੇ ਆਏਗਾ ਨਾਲ? ਕੱਲ ਨੂੰ ਲਿਆਵਾਂਗਾ। ਕੱਲ ਨੂੰ ਲਿਆਏਗਾ, ਚੱਲ ਠੀਕ ਹੈ ਫਿਰ। ਓਏ ਬੋਲਦਾ ਨੀ, ਓਏ ਇੱਧਰ ਦੱਸ ਚਾਚੂ ਨੂੰ ਕਿੰਨੇ ਪੈਸੇ ਦੇ? ਤੇਰਾ ਬੈਗ, ਤੇਰਾ ਬੈਗ ਚ ਸਮਾਨ ਪਾਇਆ ਹੈ, ਕਿੰਨੇ ਪੈਸੇ ਦੇਣੇ ਨੇ ਦੱਸ ਹੁਣ? ਹੈਂ 500 ਰੁਪਏ? ਕੀ ਕਰਨਾ ਜੀ 500 ਦਾ? ਕਿਹਨੂੰ ਦੇਣੇ ਨੇ? ਬਾਬਾ ਜੀ ਨੂੰ। ਠੀਕ ਹੈ, ਪਾਰਕਿੰਗ ਗਏ ਸਾਂ ਦਰਬਾਰ ਸਾਹਿਬ ਵਾਲੀ 'ਚ, ਗੱਡੀ ਪਾਰਕ ਕਰਨ 'ਤੇ ਉਹਦੇ ਲਾਈਨ ਬਹੁਤ ਲੰਬੀ ਲੱਗੀ, ਇਸ ਕਰਕੇ ਫਿਰ ਬਾਹਰ ਗੱਡੀ ਲਾਈ, ਇੱਧਰ ਪਿੱਛੇ ਉਹ ਖੜੀ ਟੈਂਪੂ ਦੇ ਨਾਲ, ਹੁਣ ਇੱਥੋਂ ਕੋਈ ਵਹਿੰਦੇ ਆ ਸਾਧਨ ਦੂਰ ਵਾਹ ਪੈ ਜਾਂਦਾ, ਰਿਕਸ਼ਾ ਵਗੈਰਾ ਕੋਈ ਮਿਲ ਜਾਵੇ ਤੇ ਚੱਲਦੇ ਹਾਂ ਫਿਰ ਉਹਦੇ 'ਚ ਲੈ ਕੇ। ਇੱਧਰ ਆਪਣੇ ਛੋਟੇ ਸਰਦਾਰ ਸਾਹਿਬ ਜਾਣਦੇ ਜਣੇ, ਖੁਸ਼ੀ ਪੂਰੀ ਹੈ ਚਿਹਰੇ 'ਤੇ। ਕਿਉਂ ਵਾਰਿਸ ਮਜ਼ਾ ਆਇਆ ਰਸਤੇ 'ਚ? ਹੈਂ ਟੱਪ ਟੱਪ ਚੜ੍ਹ ਲੈ, ਪਹਿਲਾਂ ਕਿਤੇ ਬੱਚੇ ਲੱਗ ਗਈ।
ਨਾ ਵੀ ਤੂੰ ਤੇ ਸਾਨੂੰ ਝਿੜਕਣ ਲੱਗ ਪਿਆ ਇਹ ਕੰਮ ਥੋੜੀ ਕਰਨਾ ਹੈ ਬੋਲਦਾ ਨਹੀਂ ਹਾਂਜੀ ਬਹਿ ਗਏ ਫਿਰ ਈ ਰਿਕਸ਼ਾ ਚ ਹੈ ਪੈਦਲ ਨਹੀਂ ਜਾਣਾ ਵਾਰੀ ਸਰ ਪੈਦਲ ਚੱਲਦੇ ਹਾਂ ਪੈਦਲ ਚੱਲਦੇ ਹਾਂ ਇਹਦੇ ਚ ਬਹਿ ਕੇ ਜ਼ਿਆਦਾ ਮਜ਼ਾ ਆਉਂਦਾ ਹੈ ਬੋਲਦਾ ਨੀ ਹੱਥ ਨੀ ਬਾਹਰ ਕੱਢਣਾ ਇੱਧਰ ਇਹਨੂੰ ਕਿਰਤੇ ਵਿਚਕਾਰ ਨੀ ਦੱਤ ਕਰ ਲੈ ਜੀ ਸ਼ਾਹ ਜੀ ਕਿਵੇਂ ਫਿਰ ਇੱਕ ਗੱਲ ਹੈ ਭਾ ਈ ਰਿਕਸ਼ਾ ਨੂੰ ਵੀ ਪਤਾ ਲੱਗਦਾ ਹੋਣਾ ਹੈ ਨਾ ਵੀ ਮੈਂ ਜਿਵੇਂ ਚ ਕੋਈ ਬੈਠਾ ਆਵਾਜ਼ ਕਿਉਂ ਹੈ ਮੈਂ ਹੌਲਣ ਵਾਲੀ ਹੌਲਣ ਵਾਲੀ ਆਵਾਜ਼ਾਂ ਕਰਦਾ ਭਾ ਆਂਦਾ ਮੈਂ ਤੇ ਜਿਵੇਂ ਉਹਦਾ ਹਿੱਸਾ ਵਾਜ ਦਿੰਦਾ ਹੈ ਨਾ ਜੇ ਮੰਨ ਲੈ ਸਾਰਿਆਂ ਦਾ ਵਜਨ ਲੈ ਕੇ ਰਿਕਸ਼ਾ ਨੂੰ ਪੁੱਲ ਚੜ੍ਹਨਾ ਮੇਰੇ ਇਹਦੀਆਂ ਤਾਂ ਕਲੱਚ ਪਲੇਟਾਂ ਤੂੰ ਮਾਰ ਜਾਣਗੀਆਂ ਓਏ ਬੋਲਦਾ ਨੀ ਕੁਛ ਕੌਣ ਤੁਸੀਂ ਤੇ ਅਸੀਂ ਕੌਣ ਹੈ ਸਾਡਾ ਨੀ ਪਤਾ ਲੈ ਪਾਰਕਿੰਗ ਨੀ ਰਿਕਸ਼ਾ ਵਾਲੇ ਨੇ ਉਤਾਰ ਦਿੱਤਾ ਹੁਣ ਇੱਥੋਂ ਥੋੜ੍ਹੀ ਜਿਹੀ ਪੈਦਲ ਯਾਤਰਾ ਕਰਕੇ ਤੇ ਫਿਰ ਅੱਗੇ ਚੱਲਦੇ ਹਾਂ ਬੁੱਟਰ ਸਾਹਿਬ ਕਿੱਥੇ ਆਏ ਹੋ ਕਿੱਥੇ ਅੱਛਾ ਚਲੋ ਇੱਧਰ ਬਣਾਇਆ ਬਾਬਿਆਂ ਨੇ ਗੇਟ ਐਂਟਰੀ ਦੇ ਬਾਕੀ ਐਂਟਰੀ ਕਈ ਪਾਸਿਆਂ ਤੋਂ ਹੈ ਇਹ ਇੱਧਰੋਂ ਜਿੱਧਰੋਂ ਈ ਰਿਕਸ਼ਾ ਵਾਲੇ ਲੈ ਕੇ ਆਉਂਦੇ ਨੇ ਪਿੱਛੋਂ ਸੜਕ ਤੋਂ ਉੱਧਰ ਵਾਲੀ ਐਂਟਰੀ ਪਹਿਲਾਂ ਤੇ ਕਾਫੀ ਟਾਈਮ ਪਹਿਲਾਂ ਤੇ ਬੜਾ ਹੀ ਮਤਲਬ ਸਿੰਪਲ ਜਿਹਾ ਸਿਸਟਮ ਹੁੰਦਾ ਸੀ ਤੇ ਹੁਣ ਤੇ ਬਾਬਿਆਂ ਨੇ ਬੜਾ ਸੋਹਣਾ ਬਣਾ ਦਿੱਤਾ ਇੱਧਰ ਮਾਰਕੀਟ ਵਗੈਰਾ ਬੜੀ ਸੋਹਣੀ ਬਣਾ ਦਿੱਤੀ ਕਰੋ ਤੁਸੀਂ ਵੀ ਦਰਸ਼ਨ ਇੱਧਰ ਕੋਈ ਵੀ ਦੁਕਾਨ ਐਵੇਂ ਦੀ ਨਹੀਂ ਹੈ ਵੀ ਜਿਹਦੇ ਉੱਤੇ ਅੰਗਰੇਜ਼ੀ ਉੱਤੇ ਲਿਖੀ ਹੋਏ ਤਾਂ ਪੰਜਾਬੀ ਥੱਲੇ ਸਾਰੀ ਹਰ ਇੱਕ ਚੀਜ਼ ਦਾ ਤੁਹਾਨੂੰ ਪੰਜਾਬੀ ਉੱਤੇ ਮਿਲੇਗੀ ਅਤੇ ਇੰਗਲਿਸ਼ ਥੱਲੇ ਮਿਲੇਗੀ ਇੱਧਰ ਆਪਣੀਆਂ ਦੁਕਾਨਾਂ ਲੱਗੀਆਂ ਨੇ ਰਮਾਲਾ ਸਾਹਿਬ ਵਗੈਰਾ ਜੇ ਕਿਸੇ ਨੇ ਪੇਂਟ ਕਰਨਾ ਹੋਵੇ ਅਤੇ ਕੁਛ ਹੋਰ ਲੈਣਾ ਹੋਵੇ ਸਮਾਨ ਜਿਸ ਤਰ੍ਹਾਂ ਸਾਰਾ ਕੁਛ ਬਣਿਆ ਹੋਇਆ ਆਹ ਸਭ ਤੋਂ ਬਣਿਆ ਇਹਨਾਂ ਨੇ ਵੀ ਉੱਤੇ ਪਹਿਲਾਂ ਪੰਜਾਬੀ ਲਿਖ ਕੇ ਫਿਰ ਥੱਲੇ ਇੰਗਲਿਸ਼ 'ਚ ਲਿਖਿਆ ਹਾਂਜੀ ਸਰਦਾਰ ਜੀ ਥੱਲੇ ਉਤਰ ਗਏ ਹੋ ਕੀ ਲੱਗਾ ਪਾਣੀ ਚਾਹੀਏ ਪਾਣੀ ਦੇਣਾ ਤੈਨੂੰ ਹੁਣ ਆ ਕੇ ਪੂਰੀ ਬੈਟਰੀ ਜੀ ਚਾਰਜ ਹੋ ਗਈ ਵਾਰਿਸ ਦੀ ਹੈ ਨਾ ਵਾਰਿਸ ਹੈ ਵਾਰਿਸ ਹੁਣ ਲਾਉਂਦਾ ਪੂਰੇ ਤਮਾਸ਼ੇ ਹੁਣ ਬੈਟਰੀ ਹੋ ਗਈ ਪੂਰੀ ਚਾਰਜ ਡਰਾਈਵਰ ਕਿੱਧਰ ਰਹਿ ਗਏ ਉਹ ਲੋ ਯਾਰ ਮਾਲ ਲਿਆ ਹੋਵੇ ਘਰੋਂ ਨਹੀਂ ਲਿਆਇਆ ਇੰਟਰ ਲਗਾ ਹੁੰਦਾ ਆਪਣਾ ਸਾਹਣ ਜੱਟ ਸਾਰਿਆਂ ਚ ਵੱਖਰੇ ਦੋਦਾ ਇਹ ਬਾਈ ਆਪਣਾ ਹਾਂਜੀ ਸਾਹਿਬ ਜੀ ਪਿੱਛੇ ਰਹਿ ਗਏ ਅੱਛਾ ਚਲੋ ਕੋਈ ਗੱਲ ਨਹੀਂ ਹਾਂਜੀ ਵਾਰੀ ਸਰ ਪਟਕਾ ਬੰਨੇ ਹੁਣ ਇਹ ਘਰੋਂ ਕਿਉਂ ਨਹੀਂ ਬੰਨ ਕੇ ਆਇਆ ਚਲੋ ਬਸ ਸੋਹਣਾ ਬਣ ਗਿਆ ਤੁਹਾਨੂੰ ਖਲੋ ਅੱਗ ਸਵਾਰਾ ਕਰੀਏ ਚਲੋ ਜੀ ਰਮਾਲ ਪਾ ਕੇ ਮੱਥਾ ਨਹੀਂ ਟੇਕਣਾ ਉੱਤੇ ਕੇਸ ਕੀ ਬੰਨਣੀ ਸੀ ਫਿਰ ਮੱਥਾ ਟੇਕਾਂਗਾ ਮੈਂ ਅਤੇ ਹੁਣ ਲਿਆ ਫਿਰ ਕੇਸ ਕੀ ਲਈ ਇਹਦੇ ਜੋ ਕਿ ਫਿਰ ਬੰਨ ਕੇ ਹੁਣ ਇਹਨੂੰ ਲੈ ਕੇ ਚੱਲਦੇ ਮੱਥਾ ਟਿਕਾਉਣ ਇੱਧਰ ਬਾਬਿਆਂ ਨੇ ਲੰਗਰ ਹਾਲ ਦੀ ਇਮਾਰਤ ਬਣਾਈ ਹੈ ਅਤੇ ਸਾਰੀ ਛੋਟੀ ਇੱਟਾਂ ਦੀ ਮਤਲਬ ਡਿਜ਼ਾਇਨਿੰਗ ਕੀਤੀ ਇੱਥੇ ਤੋੜ ਉੱਪਰ ਤੱਕ ਨੀਚੋਂ ਲੈ ਕੇ ਅਤੇ ਵਿੱਚ ਵੀ ਬੜਾ ਸੋਹਣਾ ਬਣਾਇਆ ਹੋਇਆ ਹੈ ਜਾਰੀ ਜੀ ਟਾਈਪ
ਹੋਰ ਕੀ ਲਿਆ ਜੀ ਕੁਛ ਤਾਂ ਲਿਆਈ ਹੋਏਗਾ ਕੁਛ ਤਾਂ ਲਿਆਈ ਹੋਏਗਾ ਕਿਉਂ ਮਾਰੀ ਸਰ ਓਏ ਮਾਰੀ ਸਪੂਰਾ ਖੁਸ਼ੀ ਅੱਜ ਰੋਜ਼ ਟੀਵੀ 'ਚ ਵੇਖ ਕੇ ਆਉਂਦਾ ਸੀ ਗੋਲਡਨ ਟੈਂਪਲ ਜਾਣਾ ਅਤੇ ਅੱਜ ਆ ਗਿਆ ਸਰਦਾਰ ਸਾਡਾ फिर जमा करा देने लेना फिर ओदू बाद आपां मत्था टेकन चलना ठीक ठीक है ਸਾਡੇ ਸਰਦਾਰ ਸਾਹਿਬ ਆਖ ਟੋਕਨ ਜੇ ਮੈਂ ਲੈਣਾ ਹੈ ਕਹਿ ਦੇ ਕਈ ਨਹੀਂ ਆਖਣਾ ਲੈ ਫੜ ਲੈ ਵਿਖਾਈ ਵਾਰਿਸ ਕੀ ਮਿਲਿਆ ਚੱਲ ਵਾਹ ਵੀ ਵਾਹ ਵਾਰਿਸ ਨੂੰ ਤਾਂ ਕੈਂਡੀ ਵੀ ਮਿਲ ਗਈ ਹੈ ਚਲੋ ਜੀ ਵਾਰਿਸ ਪਹੁੰਚ ਕੇ ਫਿਰ ਹੈਂ ਫਿਰ ਕਿਵੇਂ ਦਾ ਲੱਗਦਾ ਪਿਆ ਹੁਣ ਲਓ ਜੀ ਕਰੋ ਦਰਸ਼ਨ ਤੁਸੀਂ ਵੀ ਗੁਰੂ ਰਾਮਦਾਸ ਦੀ ਨਗਰੀ ਦੇ ਸਭ ਤੋਂ ਜ਼ਿਆਦਾ ਚਾਹ ਤਾਂ ਬਾਰਿਸ਼ ਨੂੰ ਹੋਈ ਇੰਨੇ ਟਾਈਮ ਦੀ ਉਹਦੀ ਵਿਸ਼ ਪੂਰੀ ਹੋ ਗਈ ਅਤੇ ਇੱਥੇ ਆ ਕੇ ਸੱਚੇ ਦਿਲ ਨੂੰ ਜਿਹੜੀ ਵੀ ਅਰਦਾਸ ਕਰਦੀ ਹੈ ਨਾ ਪਰਮਾਤਮਾ ਜ਼ਰੂਰ ਸੁਣਦਾ ਕਦੀ ਖਾਲੀ ਨਹੀਂ ਮੋੜਦਾ ਅਤੇ ਸੰਗਤ ਕਾਫੀ ਮੱਸਿਆ ਕਰਕੇ ਹੱਥ ਜੋੜੋ ਤੂੰ ਮੱਥਾ ਟੇਕੋ ਓਏ ਵਾਰਿਸ ਸ਼ਨਾਨ ਨੀ ਸ਼ਨਾਨ ਨੀ ਕਰਨਾ ਤੂੰ ਹੈ ਕਿਉਂ ਕੀ ਗੱਲ ਠੰਡ ਲੱਗਦੀ ਹੈ ਵਾਰਿਸ ਸ਼ਨਾਨ ਨੀ ਕਰਦਾ ਉਹਦਾ ਠੰਡ ਲੱਗਦੀ ਮੈਂ ਨੀ ਸ਼ਨਾਨ ਕਰਨਾ ਫਿਰ ਪੰਜ ਸ਼ਨਾਨਾਂ ਕਰਾਈਆਂ ਉਹਨੂੰ ਤੇ ਹੁਣ ਚੱਲਦੇ ਹਾਂ ਸ਼ਨਾਨ ਅਸੀਂ ਵੀ ਕਰ ਲਿਆ ਤੇ ਦਰਬਾਰ ਸਾਹਿਬ ਮੱਥਾ ਟੇਕ ਕੇ ਚਲੋ ਆ ਜਾਓ ਕੀ ਲੈਣਾ ਬੋਲ ਦੱਸੋ ਕੀ ਲੈਣਾ ਕਰ ਪਸੰਦ ਆ ਲੈਣਾ अच्छा ਚੱਲ ਠੀਕ ਹੈ ਚੱਲ ਚੱਲ ਇੱਧਰ ਆਉਣਾ ਜਾ ਨਹੀਂ ਉਹ ਪੀਜ਼ਾ ਥੋੜੀ ਖਾਏਗਾ ਜੇ ਟੀਥ ਨਹੀਂ ਆਏ ਉਹਦੇ ਉਪਕਾਰ ਲਈ ਆ ਲੈ ਜਾ ਉਹਨਾਂ ਦੋਵਾਂ ਲਈ ਦੋ ਅਸੀਂ ਮਤਲਬ ਦੇ ਦੀ ਦੋ ਉਪਕਾਰ ਨੂੰ ਦੇ ਦੀ ਹਾਂਜੀ ਹਾਂਜੀ ਆ ਲੈ ਲੈ ਬੱਚੇ ਠੀਕ ਚਾਰ ਚਾਰ ਗੱਡੀਆਂ ਕੀ ਲੈਣਾ
ਤੂੰ ਮੇਰੀ ਗੱਲ ਸੁਣ ਤੇ ਜੋ ਇਹਨਾਂ ਨਾਲ ਖੇਡਣਾ ਕੋਈ ਆ ਲੈ ਲੈ ਅਬ ਤੂੰ ਹਿੰਮਤ ਨੂੰ ਕਰੇ ਤੂੰ ਕਰਨ ਦੇ ਬੇਟੇ ਨੇ ਉਹ ਬੇਟੇ ਨੇ ਥੋੜੀ ਖੇਡਣਾ ਮੁੰਡੇ ਥੋੜੀ ਆਈਸਕ੍ਰੀਮ ਵਿੱਚ ਖੇਡਦੇ ਕੁੜੀਆਂ ਦੀ ਆ ਦੀ ਆ ਮੁੰਡੇ ਇਹ ਖੇਡਦੇ ਇਹ ਖੇਡਦੇ ਇਹ ਖੇਡਦੇ ਆ ਆ ਕਿੰਨਾ ਦਾ ਜੀ 350 250 ਨਹੀਂ ਆ ਵਾਲਾ ਇਹ 150 छोटा मोटा छिड़कान छिड़कून वाला ले लै ओ जिवें ओ ओ पैक खुल जांदी गड्डी दो बेटे ने एक दो महीने दा हांजी एक पांच छे महीने दा ओना वाला चाहिए दो महीने वाला चीज बड़ी सोनी है तुझे तो छोटे टोल दे छनकने देख रे ट्रैक्टर सेट इधर आए बाबू है सेट है चल ठीक है चलो ठीक है दुआ कर दो होगी शॉपिंग दुआ कर दो होगी शॉपिंग वारिस थोड़ी देने अच्छा लग्या मत्था टेक के मजा आया हुण लड़ाई तो नहीं करनी फिर कर जाके हैं नहीं करनी ना मारेगा भी हूं किसी नु पक्का चलिए फिर हूं कर चल आ जा फिर आओ फिर बाय कर दें तेनू चल फिर चलो सस्ते जी सड़ गया पापे का मजा है ना मजा तो ता हों जी किसी लगते है ना दो चार हजार इतने ला के जाता फिर सवाद आना मजा आया नहीं चलो किस्मत भी तेरी छाला मारता है चुप चाप गड्डी मैं हड़े स्वाद आ जाए है ना ताज अड़नी चाहिए ना करारी हूं एक अद्धी थां ते होर भी मजा तो ता ही आएगा चलो जरावर किधर गया हां जी मारी सिंह जी ठीक है हुण साहब ठीक हो टॉयस वगैरह ले लेने हैं ले ले टॉयस सोने लेने पसंद ने चल ते हुण लड़ाई ते नहीं करनी कर जाके मारना भी नहीं किसे नु पक्की गल है ठीक है जी हम टेक के मत्था की घर वालू वापसी टाइम वाहवा लग गया आने च भी तीन क घंटे लाइन च लग गए मत्था टेकन च मसिया करके संगत वाहवा सी हूँ करते हैं वापसी वारिस ने भी हूँ अपने टॉयज वगैरह ले लेने पिछे अपने डैडी नाल आंदे है हम खुश होया पूरा भी पसंद की चीज ले ली है जो चीज पसंद सी हिसाब-किताब रहिंदा चलदे फिर गड्डी कोल फिर करने घर दी वापसी ते फिर मिलदे आ तुहानू की खान लगे हो हां पुठिया क्यों नी
ਟੇਕ ਕੇ ਮੱਥਾ ਸਾਰੇ ਸਾਹ ਸੁੱਤਾ ਆਇਆ, ਹੁਣ ਉੱਠਿਆ ਕਿਤੇ ਜਾ ਕੇ ਤੇ ਹੁਣ ਖਾਣ ਲੱਗਾ ਬਰਗਰ। ਸਵੇਰ ਦਾ ਕੁਛ ਨਹੀਂ ਖਾਧਾ, ਉੱਥੇ ਥੋੜ੍ਹਾ ਬਹੁਤਾ ਪ੍ਰਸ਼ਾਦ ਪ੍ਰਸ਼ੂਦ ਖਾ ਕੇ ਤੇ ਟਾਈਮ ਪਾਸ ਕਰੀ ਜਾਂਦਾ। ਐਵੀਂ ਹੈ ਨਾ ਗੱਲ। ਆਪਣੀ ਕਾਰ ਕਿੱਥੇ, ਆਪਣੀ ਕਾਰ ਕਿੱਥੇ ਖੜੀ ਹੈ, ਕਾਰ ਕਿੱਥੇ ਖੜੀ ਆਪਣੀ, ਹਾਂ ਕਿੱਥੇ ਟੋਰ ਕੇ, ਬਰਫ ਤੇ ਡਲੀ ਤੇਰੇ ਫਰਾਈਜ਼ ਤੇ ਬਰਗਰ ਤੇ ਆਏ ਨੀ। ਹੈ ਮੈਂ ਬੋਲਦਾ ਨੀ, ਹਾਂਜੀ ਆ ਗਏ ਫਰਾਈਜ਼ ਹੁਣ ਖਾਣ ਲੱਗਾ, ਸਾਰੇ ਖਾ ਜਾਏਗਾ, ਇਕੱਲਾ ਮੈਨੂੰ ਨੀ ਦੇਣੇ, ਪੱਕੀ ਗੱਲ ਹੈ, ਚੱਲ ਠੀਕ ਹੈ ਫਿਰ ਪੀਨੇ ਆ, ਖਾਂਦਾ ਕਿ ਨਹੀਂ ਖਾਂਦਾ। ਜਿਹਦੇ ਵਿੱਚ ਡਿੱਗ ਪਿਆ ਉਹਨਾਂ ਦੇ ਵੇਖ ਲੈ, ਫੁੱਲ ਖਰਾਬ ਹੋ ਜਾਣੇ ਨੇ, ਫਿਰ ਉਹਨਾਂ ਕੁੱਟਣਾ ਬੜਾ ਤੈਨੂੰ, ਢਿੱਡ ਭਰ ਗਿਆ ਹੁਣ, ਪੱਕੀ ਗੱਲ ਹੈ, ਪੇਟ ਮੋਟਾ ਹੋ ਗਿਆ, ਮੋਟਾ ਮੋਟਾ ਤਾਂ ਕੁੜੀ ਦਾ ਕੋਈ ਨਹੀਂ ਹੋਇਆ। ਹਾਂਜੀ ਸਰਦਾਰ ਸਾਹਿਬ ਤੁਹਾਡਾ ਵੀ ਪੇਟ ਹੋ ਗਿਆ ਮੋਟਾ ਕਿ ਨਹੀਂ, ਮੋਟਾ ਬਸ, ਚੱਲੀਏ ਫਿਰ ਵਾਰਿਸ, ਚੱਲੀਏ ਹੁਣ, ਹੋਰ ਕਿਆ ਮਿਲ ਜਾਏ, ਚਲ ਹੁਣ ਦੱਸ, ਹੁਣ ਦੱਸ, ਕਿਆ ਬਣੇਗੇ, ਉਹ ਕੀ ਹੁੰਦਾ, ਉਹ ਕੀ ਹੁੰਦਾ, ਫਿਰ ਆਂਦਾ ਕਾਤੋ, ਆਂਦਾ ਕਾਤੋ, ਸੈਂਟਰ ਕਾਤੋ ਲਾਤੇ ਨੀ, ਅੱਛਾ ਸੋਹਣਾ ਨੀ ਗਾ, ਬੈਟਰੀ ਬਰਗਰ ਬੈਟਰੀ ਚਾਰਜ ਹੋ ਗਈ, ਚਾਰਜ ਹੋ ਗਈ ਬੈਟਰੀ ਹੁਣ ਤੇਰੀ, ਕੁੱਤਾ ਬੰਦਾ, ਸੱਟ ਕਿਵੇਂ ਲੱਗੀ, ਪਤਾ ਤੇ ਕਿਉਂ ਨੀ, ਗੋਡੇ ਚਲਾਈ ਫਿਰਨਾ ਇਹਨੂੰ, ਤੇ ਉਹ ਰੂਬਾਨੀ ਨੀ, ਮਾਰਸ਼ੂਰ ਜਾਂਦੀ ਤੈਨੂੰ, ਤੇ ਦਾਨੀ ਕੀ ਕਰਦੀ ਹੈ, ਛਿੱਤਰ ਪੈਣਾ ਛਿੱਤਰ ਤੈਨੂੰ, ਕੁੱਤਾ ਬੰਦਾ, ਓਏ ਵਾਰਿਸ ਤੇਰਾ ਪਾਪਾ ਚਲਾਉਂਦਾ ਹੀ ਗੰਦੀ ਕਾਰ, ਮੈਂ ਤੇ ਨੀ ਚਲਾਉਂਦਾ, ਤੇਰਾ ਪਾਪਾ ਚਲਾਉਂਦਾ, ਇਧਰ ਵੇ ਪਿੱਛੇ ਪਿੱਛੇ ਵੇ, ਮੈਂ ਨੀ ਚਲਾਉਂਦਾ, ਅੱਛਾ ਮੇਰਾ ਨਾਮ ਚਾਚਾ ਤੇ ਮੈਂ ਗੰਦੀ ਚਲਾਉਂਦਾ, ਤੇ ਪਾਪਾ ਕਿੱਥੇ ਤੇਰਾ, ਪਾਪਾ ਕਿੱਥੇ, ਪਾਪਾ ਕਿੱਥੇ, ਅੱਛਾ ਹੁਣ ਤੇ ਬੜਾ ਪਿਆਰ ਕਰਨ ਦਿਆ, ਇਹਨੂੰ ਹੁਣ ਕਿਉਂ ਨੀ ਕਰਦਾ ਪਿਆ,
हाँ जी मित्रों, तो सारे दिन पिछों हूँ फाइनली आप कर गए हाँ पहुँच, तो सवेरे निकले हाँ आप इतों साढ़े एक तीन बजे नाल, तो टाइम हो गया 9 बजे रात दे। तो वीडियो सारी जरूर वेखे, तुम्हें पता लग गया होना किमें एक्सपीरियंस बारिश का रहा। तो सारा दिन बड़ी रौनक उन्हें ला के रखी, बिल्कुल भी बोर नहीं होने दिता। काफ़ी टाइम तो जिद करता ही भी मैं जाना, तो अच्छे वो जिद पूरी हो गई। तो नाले अपने टॉयज वगैरह भी अपनी पसंद लाए हैं। तो ठीक है, चैनल जिन्होंने वीडियो वधिया लगी और चैनल में सबसक्राइब भी जरूर करे, वीडियो लाइक करे, जो कमेंट करके दस्या जी। तो अगली वीडियो जी आप अपने किसी ट्रैक्टर के या किसी मशीन के डिटेल्स या रिव्यू देंगे, तो चैनल नाल प्यार बनाई रखे जी। ठीक है जी, मिलते हैं आप फिर अपनी नैक्सट वीडियो।